ਕਹਿੰਦੇ ਕਿ ਡੀਏਪੀ ਵੀ ਨਹੀਂ ਮਿਲਦੀ ਮਿੰਟੂ ਜੀ ਇਧਰਲੇ ਪਾਸੇ ਬਹੁਤ ਮਾੜਾ ਹਾਲ ਹੈ ਜੀ ਕਿਸਾਨ ਦੁਖੀ ਹੋਏ ਪਏ ਆ ਦੀਪ ਸਿੰਘ ਕਹ ਰਿਹਾ ਕਿ ਇੱਕ ਦੋ ਸੱਜਣ ਮੇਲੇ ਦਾ ਹੋਰ ਵੀ ਛੜਿੰਦਾ ਇਹ ਤਾਂ ਮੋਦੀ ਸਰਕਾਰ ਜਦੋਂ ਦੀ ਆਈ ਆ ਹਰ ਇੱਕ ਸਾਲ ਦੀ ਏ ਪੰਗੇਬਾਜੀ ਹੈ ਜਿਵੇਂ ਪਹਿਲਾਂ ਵੀ ਯੂਰੀਆ ਵਾਸਤੇ ਡੀਏਪੀ ਵਾਸਤੇ ਲੱਗੇ ਲੈਣਾ ਚਲ ਲੋਕੀ ਨਵਾਂ ਨਹੀਂ ਹੈ ਇੱਥੇ ਤੇ ਜਦੋਂ ਖਾੜੀ ਯੁੱਧ ਲੱਗਾ ਤੇ ਮਲੂਠ ਦੇ ਵਿੱਚ ਮਾਨ ਸਾਹਿਬ ਅਸੀਂ ਛੋਟੇ-ਛੋਟੇ ਹੁੰਦਿਆਂ ਨੇ ਆਹ ਡੀਆਂ-ਡੀਆਂ ਲੰਮੀਆਂ ਲਾਈਨਾਂ ਤੇ ਰੋਟੀਆਂ ਜਿਹੜੀਆਂ ਉਹ ਪਿੱਛੋਂ ਬੱਸਾਂ ਤੇ ਆਉਂਦੀਆਂ ਦੇਖੀਆਂ ਜੀ ਤੇ ਇਹਦਾ ਮਤਲਬ ਕਿ ਕਿਉਂ ਹੋਇਆ ਇੱਕ ਵਾਰੀ ਅਕਾਲੀ ਸਰਕਾਰ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਬੜੀ ਜ਼ਿਆਦਾ ਬਲੈਕ ਹੋ ਗਈ ਸੀਗੀ ਖਾਦ ਦੀ ਸਿਫਾਰਸ਼ਾਂ ਨਾਲ ਮਿਲੀ ਸੀਗੀ ਤਾਂ ਇਹ ਕਿਲਤ ਹੈ ਜੀ ਹੁਣ ਫਰਟੀਲਾਈਜ਼ਰ ਕੀ ਹੈ ਕਿ ਜਿੰਨਾ ਚਾਹੀਦਾ ਆਪਾਂ ਨੂੰ ਉਹਨਾ ਹੈ ਹੀ ਨਹੀਂ ਇੱਥੇ ਇਹ ਸਾਰਾ ਫਰਟੀਲਾਈਜ਼ਰ ਜ਼ਿਆਦਾਤਰ ਜਿਹੜਾ ਹੈ ਉਹ ਬਾਹਰੋਂ ਮੰਗਾਉਂਦੇ ਨੇ ਜੀ ਤੋ ਰਸ਼ੀਆ ਯੂਕਰੇਨ ਵਾਰ ਦੇ ਵਿੱਚ ਉਹ ਸਾਰੀ ਸਪਲਾਈ ਤੇ ਫਿਰ ਤੁਹਾਨੂੰ ਪਤਾ ਹੀ ਪ੍ਰਭਾਵਿਤ ਹੋਈ ਹੈ ਕਿਤੇ ਨਾ ਕਿਤੇ ਸੋ ਫਰਟੀਲਾਈਜ਼ਰ ਦੇ ਵਿੱਚ ਇਹ ਦਿੱਕਤ ਆਏਗੀ ਆਏਗੀ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਸ਼ਾਇਦ ਇਸ ਤੋਂ ਵੀ ਵੱਧ ਆਏਗੀ ਕਿਉਂਕਿ ਫਰਟੀਲਾਈਜ਼ਰ ਦਾ ਕੀ ਹੈ ਕਿ ਜਿਹੜਾ ਇਹਨਾਂ ਦਾ ਆਪਣਾ ਕਾਰਖਾਨਾ ਹੈ ਜਾਂ ਕਹ ਲੁਕਿ ਜਿਹੜੀ ਆਪਣੀ ਸਰਕਾਰ ਦੀ ਹਿੱਸੇਦਾਰੀ ਹੈ ਉਹਦੇ ਵਿੱਚੋਂ ਤਾਂ ਸ਼ੇਅਰ ਕੱਟ ਰਹੇ ਨੇ ਆਪਣੇ ਤਕਰੀਬਨ ਮੈਨੂੰ ਲੱਗਦਾ ਕਿ ਇਹ ਲੈ ਜਾਣਗੇ ਆਪਣੇ 50% ਤੋਂ ਵੀ ਥੱਲੇ ਲੈ ਜਾਣਗੇ